असलामुअलैकुम दोस्तों, राशिद माल तुहाडी खिदमत च हाजिर है। अज्ज साडे सैगमेंट दे विच असीं करवा रहे हैं किसी का रिश्ता। एक खवातीन ने साडे कोल आई अपने रिश्ते वास्ते, बड़ी परेशान सी, कहिंदी रिश्ता मैनूं मिलदा जरूर है लेकिन मेरी मन पसंद वाली रिश्ता मिल रहा, मेरी कुछ डिमांडा ने, अगर सारी जिंदगी मैं गुजारनी है उहदे वास्ते मैनूं कोई अच्छा रिश्ता होना बहुत जरूरी है। देखो रिश्ते वास्ते साडे कोल एक होर दोस्त साडे आए ने, मैनूं मेरी मर्जी दा खाबा दा शहज़ादा मिले। हां हां बिल्कुल बिल्कुल, मेरे नाल खलोता सोना लगे। अच्छा जी, ठीक है, घूमन जाइए ते दुनिया कवे के चंद सूरज दी जोड़ी जा रही। तुसी तां कोई होर ही कोई रिश्ता देख लो नाल, आ जिहड़ियां डिमांडां दस रहे ने इन्हां दे विच मैनूं एक भी चीज नजर नहीं आ रही। एक्चुअली गल ये है भी उन्होंने डिमांड अपनी जगह पे ठीक है, उड़ा तो हक बनता राइट बनता कि गल कर सकते हैं, लेकिन यह है भी नो डाउट मेरे च किसी किस्म की, मैं एजुकेटेड हाँ, बिजनेस मेरा बड़ा अच्छा चल रहा है। बिजनेस किस चीज़ का जी? बल्कि अपना पता कराओ तुसी। कोठी ते होंदी ना जिथे कोठे होन, उत्ते छत्तां होवे, इन्हां ने ते तरपाल पाई है उत्ते। छोटा घर चार चफेरे आया पूरा। अच्छा अच्छा अच्छा, वो ये बंदा सही ढाई मरले छोटी जी कोठी बनाई है, लॉन बनाया झूले ला के दिते बेची ट्रेन चलती छोटी बूटे। अच्छा ढाई मरले अपना बाग भी बनाया वा ना, ओ बंदा ना तो एक्सरसाइज करता, सिर्फ छाल मार सकता, गराज कितो है, खुले दराज वगैरा तेरा मूह गराज गुराज कोई नी गा, नहीं कह रहे मेरा गराज ਭਾਈ ਉਹਨਾਂ ਦਾ ਦਰਾਜ ਨਹੀਂ ਹੈ ਕੋਈ, ਤੁਸੀਂ ਗਰਾਜ ਕਹਿ ਨਹੀਂ। ਰਾਣਾ ਆਜ਼ਮ ਸਾਹਿਬ ਆ, ਰਾਣਾ ਆਜ਼ਮ ਸਾਹਿਬ ਬਿਜ਼ਨਸਮੈਨ ਨੇ, ਕਾਰੋਬਾਰ ਕਾਹਦਾ ਕਰਦੇ ਨੇ ਜੀ? ਕਾਰੋਬਾਰ ਮੇਰਾ ਬੀਮ ਭਰਤੀ ਦਾ, ਉਹ ਬੀਮ ਜਿਹੜੇ ਭਰਤੀ ਕਰਦੇ ਨੇ ਉਹ ਐਕਚੁਅਲੀ ਇਹ ਕੱਪੜੇ ਦੇ ਨਾਲ ਰਿਲੇਟਡ ਚੀਜ਼ ਹੁੰਦੀ ਆ, ਸ਼ਾਇਦ ਤੁਹਾਨੂੰ ਨਹੀਂ ਪਤਾ ਹੈ ਕਿ ਪਹਿਲੇ ਇਹ ਕੱਪੜਾ ਜਿਹੜਾ ਸਟਾਰਟ ਹੁੰਦਾ ਹੈ ਨਾ, ਹਾਂਜੀ ਹਾਂਜੀ, ਉਹ ਬੀਮ ਭਰਤੀ ਤੋਂ ਦੋ ਆਰਾਮ करो तुसी दो चार बीम वध भर के ना ते घर दी भी भर्ती पा लो मारी जी। ਕਾਰੋਬਾਰ ਨੂੰ ਤੁਸੀਂ ਨਾ
ਇਹ ਵੀ ਕਹਿ ਸਕਦੇ ਹੋ ਵੀ ਮੈਂ ਕੱਪੜੇ ਦਾ ਕਾਰੋਬਾਰ ਕਰ ਰਿਹਾ ਹਾਂ ਹਾਂਜੀ ਕੱਪੜੇ ਦਾ ਤੁਸੀਂ ਕਰਦੇ ਜੀ ਅੱਲਾ ਰਾਦੇ ਇਹ ਜਿਹੜਾ ਪ੍ਰੋਸੈਸ ਜਦੋਂ ਇਹ ਮੁਕੰਮਲ ਹੁੰਦਾ ਵਾ ਨਾ ਹਾਂਜੀ ਸਾਡੇ ਕੰਮ ਤੋਂ ਬਾਅਦ ਇਹ ਫਿਰ ਪਾਵਰ ਲੂਮ ਦਾ ਕੰਮ ਆਉਂਦਾ ਵਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਇਹ ਡੈਂਗ ਤੇ ਜਾਂਦਾ ਅੱਛਾ ਅੱਛਾ ਫਿਰ ਡੈਂਗ ਤੋਂ ਬਾਅਦ ਫਿਰ ਮਾਰਕੀਟ ਚ ਉਹ ਯਾਨੀ ਕਿ ਜਿਹੜਾ ਸਟਾਰਟ ਕੰਮ ਆ ਨਾ ਸਾਡਾ ਅੱਛਾ ਅੱਛਾ ਉਹ ਸਾਡੇ ਤੋਂ ਹੀ ਸਟਾਰਟ ਹੁੰਦਾ ਨਹੀਂ ਤੇ ਪਾਕਿਸਤਾਨ ਦੇ ਵਿੱਚ ਨੋ ਡਾਊਟ ਕਿ ਕੱਪੜਾ ਬਣੇ ਨਾ ਨਹੀਂ ਨਹੀਂ ਵਾਕਈ ਜਿਹੜਾ ਪਹਿਲੀ ਸਟੇਜ ਇਹ ਹੀ ਹੈ ਕਿ ਬੀਂਗ ਭਰਤੀ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਚੰਗਾ ਕੀਤਾ ਤੁਸੀਂ ਸਟਾਰਟ ਵਾਲਾ ਕੀਤਾ ਐਂਡ ਵਾਲਾ ਨਹੀਂ ਕੀਤਾ ਉਹਦੇ ਵਿੱਚ ਵਕਤ ਬਹੁਤ ਸੀ ਪਰੇਸ਼ਾਨੀ ਬਹੁਤ ਸੀ ਐਕਚੁਅਲੀ ਇਨਵੈਸਟਮੈਂਟ ਸਾਨੂੰ ਥੋੜੀ ਜ਼ਿਆਦਾ ਚਾਹੀਦੀ ਸੀ ਕਿੰਨੀ ਉਹ ਫਿਰ ਮੈਂ ਬੀਂਗ ਭਰਤੀ ਜਿਹੜਾ ਸ਼ੁਰੂ ਕਰ ਲਿਆ ਇਨਵੈਸਟਮੈਂਟ ਕਿੰਨੀ ਚਾਹੀਦੀ ਸੀ ਤੁਹਾਨੂੰ ਇਹ 1500 ਰੁਪਏ ਨਾਲ ਮੈਂ ਸ਼ੁਰੂ ਕੀਤਾ ਸੀ ਕੰਮ ਆਪਣਾ ਤੇ ਹੁਣ 1600 ਹਾਂਜੀ ਮਾਸ਼ਾਅੱਲਾ ਨਹੀਂ 2500 ਰੁਪਏ ਤੱਕ ਮੈਂ ਸਟਰਗਲ ਕੀਤੀ ਹੈ ਅੱਛਾ 2500 ਰੁਪਏ ਤੱਕ ਇਹਨਾਂ ਨੇ ਸਟਰਗਲ ਕਰ ਲਿਆ ਆਪਣੇ ਕਾਰੋਬਾਰ ਨੂੰ ਵਧਾਇਆ ਵਾ ਉਹ ਪਹਿਲੇ 1500 ਤੋਂ ਲੱਗਦਾ 2500 ਵੈਰੀ ਗੁੱਡ ਯਾਰ ਸਰ ਉਹ ਸੀਨ ਤੇ ਦੱਸੋ ਤੁਸੀਂ ਆਪਣਾ ਉਹ ਸੀਨ ਤੇ ਦੱਸੋ ਜਦੋਂ ਤੁਹਾਡੇ ਨਾਲ ਦਾ ਮੁੰਡਾ ਨਸੀ ਆਇਆ ਤੇ ਤੁਸੀਂ ਸਾਰਾ ਬੀਮ ਇਹਨਾਂ ਨੇ ਭਰਿਆ ਅੱਛਾ ਤੇ ਉਧਰ ਜਾ ਕੇ ਪੱਖਾ ਚਲਾਇਆ ਉਹ ਫੇਰ ਧਾਗੇ ਸਾਰੇ ਇੱਧਰ ਆ ਗਏ ਸਰ ਮੇਰੀ ਗੱਲ ਦੁਬਾਰਾ ਪੜਨਾ ਪੈ ਗਿਆ ਫੇਰ ਅਗਲੇ ਦਿਨ ਦੁਬਾਰਾ ਮੇਰੀ ਗੱਲ ਸੁਣੋ ਇਸ ਦੇ ਨਾਲ ਨਾ ਉਹਨਾਂ ਦੀ ਸ਼ਾਦੀ ਕਰਾਓ ਇਹ ਤੇ ਜ਼ਾਲਮ ਆਦਮੀ ਔਰ ਲੂਮਾ ਦਾ ਕੰਮ ਕਰਦਾ ਅੱਛਾ ਇਹਦੀ ਗਰਲਫ੍ਰੈਂਡ ਇਹਨੂੰ ਮਿਲਣ ਆਈ ਤੇ ਉਹਨੂੰ ਨਾਲ ਕੰਮ ਤੇ ਲਾਇਆ ਅੱਛਾ ਚਾਰ ਰੂਮਾਂ ਉਹ ਚਲਾਉਂਦੇ ਚਾਰ ਹੀ ਚਲਾਉਂਦੇ ਆ ਮੱਥੇ ਤੇ ਪੱਟੀ ਬੰਨੀ ਪਾਈ ਕਰੀ ਉਧਰਲਾ ਸ਼ਿਟਲ ਬਦਲ ਨਹੀਂ ਭਾਈ ਮੇਰੇ ਉਹ ਕਜ਼ਨ ਸੀ ਮੇਰੀ ਉਹਨਾਂ ਨੇ ਵੀ ਪਾਵਰ ਲੂਮ ਦਾ ਕੰਮ ਸੀ ਮੈਂ ਕਿਹਾ ਚਾਹ ਤੂੰ ਇੱਕ ਸਿਟਲ ਤੂੰ ਚੜਾ ਦੇ ਆ ਕਿਹੜੀ ਗੱਲ ਆ ਹੁਣ ਆਈ ਤੋ ਗਈ ਹੋ ਭਾਈ ਇਹ ਦੇਖੋ ਹੋ ਕੇ ਘਰ ਗਈ ਤੇ ਕੰਨ ਨਾਲ ਉਹਨੇ ਡਲੈਪਰ ਲਾਇਆ ਉਹ ਅਗਲੇ ਦਿਨ ਫੇਰ ਮਿਲਣ ਆਈ ਉਹਨੇ ਮੈਲਬ੍ਰੋਨ ਦੀ ਸਿੱਟਾਂ ਦੀ ਦੱਬੀ ਵੀ ਫੜੀ ਆਪਣੀ ਡਰਾਮਾ ਬਹੁਤ ਅੱਛਾ ਸੀ ਸੋਨਾ ਚਾਂਦੀ ਹਰ ਬੱਚੇ ਨੂੰ ਪਸੰਦ ਨੂੰ ਸੋਨੇ ਦੀ ਡਿਮਾਂਡ ਕਰ ਰਹੇ ਜਿਹੜਾ ਅੱਜ ਕੱਲ 1,83,82,000 ਮੈਂ ਉਹਨਾਂ ਦੀ ਡਿਮਾਂਡ ਪੂਰੀ ਕਰ ਸਕਦਾ ਸੋਨੇ ਤੁਸੀਂ ਹਾਂਜੀ ਜਿੰਨਾ ਮਰਜ਼ੀ ਸੋਨੇ ਕੋਈ ਦੋ ਤੁਸੀਂ ਯਾਨੀ ਠਾਓਗੇ ਨਹੀਂ ਮੈਂ ਨਹੀਂ ਖਾਂਦਾ ਨਹੀਂ ਜਿੱਤੀ ਰਵੇ ਜਿੰਨਾ ਮਰਜ਼ੀ ਸੋਨੇ ਤੇ ਸ਼ਾਦੀ ਰਹਿਣ ਹੀ ਦਿਓ ਉਹਨੇ ਤਾਂ ਸੁੱਤੀ ਨਾ ਨਹੀਂ ਵਿੱਚ ਜਿੱਤਾ ਦੇ ਵਿੱਚ ਵਿੱਚ ਕਦੇ ਰੋਟੀ ਖਾਣ ਦੇ ਰੋਟੀ ਖਾਣੀ ਹੋਵੇ ਤਾਂ ਉਹਨਾਂ ਨੂੰ ਚਾਹੇ ਸ਼ਾਇਦ ਨੂੰ ਦੇਣ ਕਰ ਅੱਛਾ ਇਹ ਸੋਨਾ ਤੁਹਾਡੇ ਕੋਲ ਹੈ ਜਨਾਬ ਸੋਨੇ ਦੀ ਡਿਮਾਂਡ ਕੀਤੀ ਉਹਨਾਂ ਨੇ ਕਿ ਜਿਹੜਾ ਕਿੰਨਾ ਸੋਨਾ ਇਹਨਾਂ ਦੀ ਸ਼ਾਦੀ ਅਗਰ ਹੋ ਜਾਵੇ ਤੇ ਕਿੰਨਾ ਸੋਨਾ ਤੁਸੀਂ ਦੇ ਦਿਓ 80-90 ਤੋਲੇ ਦੇ ਬਹੁਤ ਜ਼ਿਆਦਾ ਵਾ ਤੁਸੀਂ ਕੀ ਕਹਿੰਦੇ ਹੋ ਮੈਂ ਕਹਿੰਦਾ ਕਿ ਜਿੰਨੀ ਕਿ ਮੇਰੀ ਹੈਸੀਅਤ ਆ ਨੋ ਡਾਊਟ ਕਿ ਇਹਨਾਂ ਨੇ ਮੇਰੀ ਜ਼ਿੰਦਗੀ 'ਚ ਆਉਣਾ ਵਾ ਮੈਨੂੰ ਵੀ ਇਹਨਾਂ ਦੀ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਆ ਤਾਂ ਕਿ ਮੈਂ ਮਾਸ਼ਰੇ 'ਚ ਫਿਰਨਾ ਵਾ ਕੋਈ ਕਵੇ ਵੀ ਯਾਰ ਇਹਨੇ ਜੇ ਬੀਵੀ ਰੱਖੀ ਆ ਅੱਛੇ ਤਰੀਕੇ ਨਾਲ ਰੱਖੀ ਵੈਰੀ ਗੁੱਡ 6 ਮਾਸ਼ੇ ਮੈਂ ਇਹਨਾਂ ਨੂੰ ਸੋਨਾ ਪਾਵਾਂਗਾ ਤੁਸੀਂ ਇਹ ਮੂੰਹ ਹੀ ਕਾਲਾ ਕਰਨ ਲੱਗੇ ਹੋ ਇਹ ਵੀ ਰਹਿਣ ਦਿਓ ਉਹਨਾਂ ਨੂੰ ਉਦਾਂ ਹੀ ਤਰਲਾ ਪਾ ਲੈਂਦੇ ਆਪਾਂ 6 ਮਾਸ਼ੇ ਮੈਂ ਤੁਹਾਨੂੰ ਕਹਿੰਦਾ 6 ਇੱਕ ਆਂਡਾ ਪਾਵਾਂਗਾ ਸਰ ਤੁਸੀਂ ਇਹ ਰਿਸ਼ਤਾ ਕਰਾਤਾ ਨਾ ਹੁਣ ਇਹ ਫੇਰ ਲਾਕਡਾਊਨ ਹੋ ਜਾਣਾ ਇਹਨਾਂ ਦੀ ਜ਼ਿੰਦਗੀ 'ਚ ਲਾਕਡਾਊਨ ਹੋ ਜਾਣਾ ਹਾਂਜੀ ਫੇਰ ਰਿਸ਼ਤਾ ਇਹਨਾਂ ਨੇ ਕਰਾਤਾ ਤੇ ਆਪਣੀ ਭਾਈ ਆਖਰਤ ਖਰਾਬ ਕਰਨੀ ਆ ਸੂਰ ਔਰ ਲਗਨ ਬੱਗੇ ਦੀ ਤੁਹਾਨੂੰ ਪਛਾਣ ਨਹੀਂ ਹੈਲੋ ਨਹੀਂ ਨਹੀਂ ਅਗਰ ਜਿਹੜੀ ਇਹਨਾਂ ਦੀ ਦਾਦੀ ਦੀ ਡਿਮਾਂਡ ਆ ਉਹ ਤੇ ਲੱਗਦੀ ਨਹੀਂ ਤੁਸੀਂ ਕਿਸੇ ਪਾਸੇ ਸਾਰੀ ਸ਼ਾਇਦ ਨਜ਼ਰ ਹੀ ਨਹੀਂ ਆ ਰਹੀ ਤੁਹਾਡੇ ਤੇ ਮਰ ਕੋਈ ਨਾ ਕੋਈ ਜਾਨਵਰ ਤੁਸੀਂ ਹੈ ਉਹ ਮੈਂ ਤੁਹਾਨੂੰ ਆਪ ਦੇਖਿਆ ਤੁਹਾਡੇ ਮਗਰ ਜਿਓਗ੍ਰਾਫਿਕ ਚੈਨਲ ਵਾਲੇ ਕੈਮਰੇ ਚੁੱਕੀ ਫਿਰਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਾ ਅਸਲ ਦੇ ਵਿੱਚ ਸੇਫ ਅਲਮਾਰੀ ਚ ਕੂੜਾ ਪਿਆ ਸਾਫ ਸੁਥਰੀ ਜਗ੍ਹਾ ਨਹੀਂ ਉਹ ਤਾਂ ਅੱਛਾ ਸ਼ਾਦੀ ਕਰਨਾ ਚਾਹੁੰਦੇ ਸ਼ਾਦੀ ਦੇ ਕੋਈ ਸੋਨੇ ਦੀ ਡਿਮਾਂਡ ਉਹਨਾਂ ਨੇ ਕੀਤੀ ਸੋਨਾ ਦਾ ਤੁਸੀਂ ਲਿਹਾਜ਼ਾ ਤੁਸੀਂ ਇਹ ਚ ਇਸ ਗੱਲ 'ਚ ਵੀ ਫੇਲ ਹੋ ਗਏ ਜਨਾਬ ਨਹੀਂ ਫੇਲ ਨਹੀਂ ਹੈ ਮੈਂ ਕੋਸ਼ਿਸ਼ ਕਰਾਂਗਾ ਬਿਜ਼ਨਸ ਚੱਲ ਰਿਹਾ ਲਾਕਡਾਊਨ ਆ ਜ਼ਾਰੀ ਬਾਤ ਆ ਸਾਰੇ ਜੇ ਬਿਜ਼ਨਸ ਤੁਹਾਡਾ 24 ਘੰਟੇ ਵੀ ਡਿਊਟੀ ਕਰੋ ਉਹਨਾਂ ਦੇ ਤੁਹਾਡੇ ਕੋਲ ਫੇਰ ਤੋਲਾ ਵੀ ਨਹੀਂ ਪੂਰਾ ਹੋਣਾ ਜਿੰਨੇ ਤੁਸੀਂ ਪੈਸੇ ਦੱਸਦੇ ਨੇ ਦੇਖੋ ਜੀ ਉਹ ਆਪਣੀਆਂ ਡਿਮਾਂਡਸ ਦੱਸੀ ਜਾ ਰਹੇ ਨੇ ਮੈਂ ਤੇ ਐਜ਼ ਏ ਬਿਜ਼ਨਸਮੈਨ ਮੈਂ ਤੇ ਉਹਨਾਂ ਦੇ ਵਾਸਤੇ ਕੁਛ ਵੀ ਨਹੀਂ ਉਹਨਾਂ ਨੂੰ ਕਿਹਾ ਵੀ ਮੇਰੀ ਵੀ ਕੋਈ ਰਿਕੁਆਇਰਮੈਂਟ ਆ ਕਿਉਂਕਿ ਪਾਪਾ ਨੇ ਕਿਹਾ ਸੀ ਕਿ ਯਾਰ ਤੂੰ ਤੇਰੀ ਐਜੂਕੇਸ਼ਨ ਕੰਪਲੀਟ ਹੋ ਗਈ ਹੈ ਤੇ ਤੂੰ ਸ਼ਾਦੀ ਕਰ ਲੈ ਲੇਕਿਨ ਮੈਂ ਬਿਜ਼ਨਸ ਵੱਲ ਜ਼ਿਆਦਾ ਮੇਰੀ ਤਵੱਜੋ ਸੀ ਤਵੱਜੋ ਵੈਰੀ ਗੁੱਡ ਵੈਰੀ ਗੁੱਡ ਤੇ ਮੈਂ ਚਾਹਨਾ ਵਾਂ ਕਿ ਵਾਲਦੈਨ ਜਿਹੜੇ ਨੇ ਉਹ ਤਾਂ ਅਗਰ ਐਕਸੈਪਟ ਤੁਸੀਂ ਇਹਨਾਂ ਨੂੰ ਪਸੰਦ ਕਰ ਲੈਂਦੇ ਹੋ ਵਾਲਦੈਨ ਪਸੰਦ ਕਰ ਲੈਣਗੇ ਤਾਂ ਮੇਰੇ ਬੇਟੇ ਦੀ ਜੋ ਖੁਆਇਸ਼ ਹੈ ਮੈਂ ਉਹ ਹੀ ਪੂਰੀ ਕਰਾਂ ਦੇਖੋ ਜੀ ਮੈਂ ਇਹ ਕੱਲਾ ਕੱਲਾ ਜਾਇਦਾਦ ਦਾ ਵਾਰਿਸ ਹਾਂ ਟਾਈਮ ਮਰ ਲੈਣਾ ਸਰ ਤੁਸੀਂ ਇਹ ਦੇਖੋ ਨਾ ਹੁਣ ਪਾਪਾ ਕਹਿ ਰਹੇ ਆ ਮੈਂ ਆਪਣੀਆਂ ਅੱਖਾਂ ਨਾਲ ਤੇ ਆਪਣੇ ਕੰਨਾਂ ਨਾਲ ਸੁਣਿਆ ਵਾ ਇਹ ਕਹਿੰਦੇ ਸੀ ਪਿਓ
जरूरी नहीं है कि बीम भर्ती का काम कर दे कि साड़ी मैं ते भाई सारी उम्र मलाई खादी है तुसी दसो सैलरी लेकिन मोटरसाइकल वालों की बड़ा खिज लगती है उन्होंने क्योंकि उन्होंने दोवे हाथ बाउंड होंगे तो जेब च पैंदा नहीं और फिर मैं बड़ा बुरा लगता मैं छड़ता कारोबार कार वाला माड़ा जिहा शीशा खोल के चलो कोई दहला पाजा कर दिंदा वा लेकिन मोटरसाइकल वाले तो बंदे शीशा थले नहीं ना करते जिन्ना मर्जी मूंह बिगाड़ के अगे खलो जो रैम दिल बंदे भी होंगे नहीं कार जी होनी जी डिजिटल चली है ना वही होनी चाहिए इनकरण से शीशा तो इदा हो शारे से खलोते हो तो पैर फड़न लगे तो हाथ बिच आ गया शीशे स्टूडेंट कि रंगबाजी करके अपना स्टाइल किया उन्होंने लागे आके शीशे थले करके सारे ने थुक्का सुटिया तो गड्डी भजा के लैन जेब कुतरे बन जाओ जो किसी ने पूछा वा कि तू की जॉब करता वा तो मैं उन्होंने कहा भी मैं इंडिकेटेड इंस्पैक्टर हाँ इंडिकेटेड इंस्पैक्टर वो की होता जी इशारियां ते जड़ा इंडिकेटेड इंस्पैक्टर हाँ इंडिकेटर और यानी कि वो दूसरे इंस्पैक्टर जो एस रूट मारते ए एम मारता अच्छा देखो ये डिमांडा उन्होंने दस दी है क्योंकि वो बंदा जो बड़ा कहते हैं कारोबारी बंदा वा वो इस बिजनेस तो अलावा राशन साहब नो डाउट के उन्होंने किया वा भी सैलरी है लेकिन मैं नहीं इस गल दे मानता हैगा मैं एग्री नहीं है क्योंकि सैलरी सैलरी है बिल्कुल सैलरी सैलरी बिजनेस जेड़ा वा बिजनेसमैन मेरे लोग जेड़े भरा वो सुनते भी होंगे भी बिजनेस नाल दी गल कोई नहीं है सैलरी भरा वो फिक्स होंगी है बिजनेस का कोई पता नहीं सलाना नहीं कह रहा 350 रुपया रोज की मैं इनकम कर रहा
ਤੁਹਾਡੀ ਕਿਹੜੀ ਡਿਮਾਂਡ ਆ ਜਿਹੜੀ 350 ਦੀ ਪੂਰੀ ਹੋ ਸਕਦੀ ਹੈ 350 ਇਧਰੋਂ ਕਮਾਵੇ ਬਾਕੀ ਨੂੰ ਤੁਸੀਂ 2 ਘੰਟੇ ਇਸ਼ਾਰਿਆਂ ਤੇ ਦਵਾਓ ਇਹਦੇ ਇਹਨੇ ਤੁਹਾਡੇ ਬਰਾਬਰ ਦੇ ਪੈਸੇ ਕਮਾਇਆ ਕਰਨਗੇ ਅੱਛਾ ਇਸ਼ਾਰਿਆਂ ਤੇ ਕਿੰਨੇ ਪੈਸੇ ਤੁਸੀਂ ਕਮਾ ਲੈਂਦੇ ਰੋਜ਼ ਦੇ ਕਿ ਜਿਹੜਾ ਇਸ਼ਾਰੇ ਤੇ ਡਿਪੈਂਡ ਕਰਦਾ ਵਾ ਕੁਝ ਇਸ਼ਾਰੇ ਜਿਹੜੇ ਆ ਪੈਸੇ ਕੀ ਇਹਨਾਂ ਨੇ ਕਮਾਣੇ ਆ ਇਸ਼ਾਰੇ ਤੋਂ ਕੱਲ ਮੈਂ ਦੇਖਿਆ ਵਾ ਐ ਕਰਕੇ ਇਸ਼ਾਰੇ ਦੇ ਖੜੇ ਇੱਕ ਬੰਦੇ ਨੇ ਸ਼ੀਸ਼ਾ ਥੱਲੇ ਕੀਤਾ ਅੱਛਾ ਉਹਨੇ ਭਾਈ ਇਸ਼ਾਰਾ ਲੱਗਾ ਹੀ ਸੀ ਗੱਡੀ ਭਜਾ ਲਈ ਉਹਨੇ ਉਹਨੇ ਅੱਗੇ ਭਾਈ ਐਕਸੀਡੈਂਟ ਹੋ ਗਿਆ ਉਹਨੇ ਕਿਹਾ ਇਹ ਕੀ ਦੇਖ ਲਿਆ ਇਸ਼ਾਰਾ ਦੇਖੇ ਨੀ ਬਾਅਦ ਚ ਤੈਨੂੰ ਜ਼ਰੂਰਤ ਹੈ